ਵਾਲੇ ਕੰਮ ਕਰਨ ਵਾਲੇ ਜੋ ਜ਼ਿਆਦਾ ਰੋਵੇ ਤੇ ਸਾਰੇ ਕੰਮ ਛੱਡ ਦਿੰਦੀ ਆ। ਜੇ ਕੋਈ ਸੜਕਾਂ ਤੇ ਨਾ ਆਏ, ਪਰਿਵਾਰਾਂ ਸਮੇਤ ਨਾ ਆਏ, ਬੱਚਿਆਂ ਸਮੇਤ ਨਾ ਆਏ, ਗਰਮੀ ਦੀ ਜੇ ਪਰਵਾਹ ਕੀਤੀ ਤੇ ਕਾਂਗਰਸ ਝੂਠੀ ਸਰਕਾਰ ਨੇ ਨਾ ਪਹਿਲਾਂ ਕਦੀ ਕੁਝ ਦਿੱਤਾ ਨਾ ਸਾਹ ਦੇਣਾ। ਜੇ ਚਾਹੁੰਦੇ ਹੋ ਗਰੀਬੀ ਦਾ ਖਾਤਮਾ ਕਰਨਾ, ਜੇ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ, ਜੇ ਚਾਹੁੰਦੇ ਹੋ ਭ੍ਰਿਸ਼ਟਾਚਾਰ ਖਤਮ ਕਰਨਾ ਤਾਂ ਸੜਕਾਂ ਤੇ ਆਉਣਾ ਪਊਗਾ, ਆਪਣੀ ਤਾਕਤ ਦਿਖਾਉਣੀ ਪਏਗੀ ਤੇ ਸਿੰਪਲਾਂ 'ਚ ਰਹਿ ਕੇ ਕਰਨਾ ਪਊਗਾ। ਕੋਈ ਖੱਪ ਨਹੀਂ ਹੋਣੀ ਚਾਹੀਦੀ, ਸਭ ਤੋਂ ਮੋਹਰੇ ਅੱਗੇ ਅੱਗੇ ਬੀਬੀਆਂ ਆਉਣੀਆਂ ਚਾਹੀਦੀਆਂ। ਚਾਰ ਚਾਲ ਦੀ ਲੈਣ ਦੇ ਵਿੱਚ ਦੁਬਾਰਾ ਕਹਿਣਾ ਨਾ ਪਵੇ, ਬੰਦੇ ਜਿੰਨੇ ਵੀ ਆ ਸਾਰੇ ਬੀਬੀਆਂ ਦੇ ਪਿੱਛੇ ਹੋਣੇ ਚਾਹੀਦੇ ਆ, ਉਹ ਵੀ ਚਾਰ ਚਾਲ ਦੀ ਲੈਣ ਦੇ ਵਿੱਚ। ਜਿਹੜਾ ਸਾਥੀਆਂ ਨੂੰ ਮੈਂ ਕਿਹਾ ਚਾਲ ਲੱਗੇ ਆਪਣੀ ਗਿਣਤੀ ਮੈਨੂੰ ਕਰਾ ਕੇ ਜਾਣੀ ਆ, ਚਾਹੇ ਮੋਟਰਸਾਈਕਲ ਚਾਹੇ ਬੰਦੀਆਂ ਜਾਂ ਬੀਬੀਆਂ, ਉਹ ਜਾਣ ਲੱਗੇ ਕਰਾ ਕੇ ਜਾਣ। ਆਪਾਂ ਨੇ ਓਬੀਸੀ ਦੇ ਜਾ ਕੇ ਜਾਂਚ ਪੱਤਰ ਦੇਣਾ, ਜਿਹੜਾ ਗਰੀਬ ਬੜਾ ਵਾਧੇ ਕੈਪਟਨ ਅਮਲ ਕਰੇ, ਆਪਣੀ ਤਾਕਤ ਨੂੰ ਲਗਾਤਾਰ ਵਧਾਓ, ਪਿੰਡਾਂ 'ਚ ਜਾ ਕੇ ਸਮਝਾਓ। ਹੁਣ ਆਪਾਂ ਨੇ ਚਾਰ ਚਾਰ ਜਾਂਚ ਕੀਤੀਆਂ ਨੇ, ਸਭ ਤੋਂ ਅੱਗੇ ਹੋਣਾ ਮੰਗ ਪੱਤਰ ਵੀ ਬੀਬੀਆਂ ਨੂੰ ਦੇਣਾ, ਦਸ 15 ਬੀਬੀਆਂ ਜਾਊਗੀਆਂ ਨਾ, ਉਹਨਾਂ ਦੇ ਨਾਲ ਇੱਕ ਰਾਜੂ ਚੱਡਾ ਹੋਵੇਗਾ, ਇੱਕ ਬਲਜਿੰਦਰ ਸਿੰਘ ਹੋਵੇਗਾ, ਬਾਕੀ 10-15 ਜਿਹੜੀਆਂ ਜਨਾਨੀਆਂ ਹੋਣਗੀਆਂ